ਹੈਲੋ ਗਾਈਸ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਆਪਾਂ ਕਾਫੀ ਟਾਈਮ ਬਾਅਦ ਨਵੀਂ ਵੀਡੀਓ ਨਾਲ ਆ ਗਏ ਹਾਂ। ਇਸ ਵੀਡੀਓ ਵਿੱਚ ਆਪਾਂ ਕੁਛ ਜਨਰਲ ਨੌਲੇਜ ਵਾਲੀਆਂ ਗੱਲਾਂ ਕਰਾਂਗੇ ਅਤੇ ਬਾਰ ਦੇ ਪ੍ਰੋਸੈਸ ਬਾਰੇ ਗੱਲ ਕਰਾਂਗੇ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਜੇ ਤੁਸੀਂ ਨਵੇਂ ਆ ਮੇਰੇ ਚੈਨਲ 'ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਕੇ ਆਪਣਾ ਰਿਵਿਊ ਜ਼ਰੂਰ ਦਿਓ। ਜੇ ਤੁਹਾਨੂੰ ਕੋਈ ਵੀ ਜੇ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਹੋਇਆ ਰਿਗਾਰਡਿੰਗ ਟੂ ਇਸ ਵੀਡੀਓ ਦੇ ਰਿਗਾਰਡਿੰਗ ਜਾਂ ਫਿਰ ਹੋਰ ਵੀ ਕਿਸੇ ਚੀਜ਼ ਦੇ ਰਿਗਾਰਡਿੰਗ, ਤਾਂ ਤੁਸੀਂ ਕਮੈਂਟ ਕਰ ਸਕਦੇ ਹਾਂ। ਅਦਰਵਾਈਜ਼ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹਾਂ। ਮੇਰੀ ਇੰਸਟਾਗ੍ਰਾਮ ਦੀ ਆਈ ਡੀ ਹੈਗੀ ਪੰਕੁਸ਼ ਮਹਿਤਾ, ਬਾਕੀ ਤੁਹਾਨੂੰ ਅਬਾਊਟ ਵਿੱਚ ਵੀ ਮਿਲ ਜੂਗੀ ਮੇਰੀ ਆਈ ਡੀ, ਅਤੇ ਮੈਂ ਥੱਲੇ ਮੈਨਸ਼ਨ ਵੀ ਕਰ ਦੂੰਗਾ। ਸੋ ਉੱਥੋਂ ਤੁਸੀਂ ਹੈ ਨਾ ਮੇਰੀ ਇੰਸਟਾਗ੍ਰਾਮ ਆਈ ਡੀ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹਾਂ। ਜੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਈ ਫ੍ਰੀ ਆਫ ਕੋਸਟ ਆ, ਸੋ ਤੁਸੀਂ ਬੇਫਿਕਰ ਹੋ ਕੇ ਮੈਸੇਜ ਕਰ ਸਕਦੇ ਹਾਂ। ਸੋ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਾਈਪ੍ਰਸ ਬਾਰੇ, ਕਿਉਂਕਿ ਸਾਈਪ੍ਰਸ ਬਾਰੇ ਇਸ ਕਰਕੇ ਕਰਾਂਗੇ, ਬਹੁਤ ਸਾਰੇ ਲੋਕ ਹਜੇ ਵੀ ਹੈ ਨਾ ਸਾਈਪ੍ਰਸ ਵੱਲ ਜਾ ਰਹੇ ਆ ਅਤੇ ਜਾਣਾ ਵੀ ਚਾਹੁੰਦੇ ਆ। ਸਾਈਪ੍ਰਸ ਇੱਕ ਛੋਟੀ ਕੰਟਰੀ ਆ, ਇੰਨੀ ਛੋਟੀ ਵੀ ਨਹੀਂ, ਪਰ ਉੱਥੇ ਕਾਫੀ ਲੋਕ ਜਾਂਦੇ ਆ, ਜਾਣਾ ਥੋੜ੍ਹਾ ਈਜ਼ੀ ਆ। ਈਜ਼ੀ ਇਸ ਕਰਕੇ ਕਿ ਜਲਦੀ ਉੱਥੋਂ ਦਾ ਯਾਨੀ ਕਿ ਵੀਜ਼ਾ ਮਿਲ ਲੱਗ ਜਾਂਦਾ ਵਾ, ਭਾਵੇਂ ਸਟੂਡੈਂਟ ਵੀਜ਼ਾ ਹੋਵੇ ਭਾਵੇਂ ਵਰਕ ਵੀਜ਼ਾ ਹੋਵੇ, ਉਹਦਾ ਜਿੱਦਾਂ ਜ਼ਿਆਦਾ ਟਾਈਮ ਨਹੀਂ ਲੱਗਦਾ। ਸਟੂਡੈਂਟ ਵੀਜ਼ਾ ਤਾਂ ਚਲੋ ਇਨਟੇਕ ਦੇ ਅਕੋਰਡਿੰਗ ਹੀ ਲੱਗਦਾ ਵਾ, ਪਰ ਵਰਕ ਵੀਜ਼ੇ ਨੂੰ ਨੋਰਮਲੀ 3 ਤੋਂ 4 ਮਹੀਨੇ ਉਹ ਕਹਿ ਦਿੰਦੇ ਆ, ਪਰ ਫਿਰ ਵੀ 5-6 ਮਹੀਨੇ ਲੱਗ ਜਾਂਦੇ, ਤਾਂ ਵੀ ਨੋਰਮਲ ਆ ਇੰਨਾ ਟਾਈਮ ਤਾਂ ਹਰੇਕ ਕੰਟਰੀ ਦਾ ਇੰਨਾ ਲੱਗ ਜਾਂਦਾ, ਕਈਆਂ ਦਾ ਸਾਲ ਵੀ ਲੱਗ ਜਾਂਦਾ, ਪਰ ਸਾਈਪ੍ਰਸ ਦਾ ਇੰਨੇ ਟਾਈਮ ਵਿੱਚ ਵੀਜ਼ਾ ਆ ਜਾਂਦਾ ਵਾ। ਇਹਦੇ ਵਿੱਚ ਆਪਾਂ ਪੋਜ਼ਿਟਿਵ ਗੱਲਾਂ ਵੀ ਕਰਾਂਗੇ ਅਤੇ ਨੈਗੇਟਿਵ ਗੱਲਾਂ ਵੀ ਕਰਾਂਗੇ। ਪੋਜ਼ਿਟਿਵ ਗੱਲਾਂ ਆਪਾਂ ਇਹ ਕਰਾਂਗੇ ਜਿਹੜੀਆਂ ਹੈਗੀਆਂ ਸਾਈਪ੍ਰਸ ਦੀਆਂ, ਜੇ ਬੈਨੀਫਿਸ਼ੀਅਲ ਵੀ ਆ ਅਤੇ ਬਹੁਤ ਫਾਇਦੇ ਵੀ ਆ ਜਿਸ ਦੇ, ਉਹ ਇਹ ਵਾ ਕਿ ਜਿੱਦਾਂ ਹੁਣ ਸਾਈਪ੍ਰਸ ਵਿੱਚ ਇੱਦਾਂ ਵਾ, ਜੇ TRC ਕਾਰਡ ਜਿਹੜਾ ਹੁੰਦਾ ਵਾ, ਪਿੰਕ ਸਲਿੱਪ ਕਹਿ ਰਹਿੰਦੇ ਉਹਨੂੰ ਸਾਈਪ੍ਰਸ ਵਿੱਚ, ਅਤੇ ਇੰਗਲਿਸ਼ ਵਿੱਚ ਜਿੱਦਾਂ TRC ਕਾਰਡ ਕਹਿ ਰਹਿੰਦੇ ਆ। ਜਿੱਦਾਂ ਬਾਕੀ ਕੰਟਰੀਆਂ ਵਿੱਚ ਵੀ ਜਾਈਦਾ, ਆਪਾਂ ਜੇ ਕਿਤੇ ਵੀ ਜਾਈਦਾ ਹੈ ਨਾ, ਉੱਥੋਂ ਦਾ ਆਪਣਾ ਟੈਂਪਰੇਰੀ ਰੈਜੀਡੈਂਟ ਕਾਰਡ ਬਣਦਾ ਹੁੰਦਾ ਵਾ, ਛੋਟਾ ਜਿਹਾ ਕਾਰਡ ਹੁੰਦਾ। ਮੇਰੇ ਕੋਲ ਹੋਊਗਾ ਵੀ, ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਾਂ। ਸੋ ਮੈਂ ਵੀਡੀਓ ਦੇ ਅੱਗੇ ਜਾ ਕੇ ਜਾਂਦਾ ਤੁਹਾਨੂੰ ਮੈਂ ਸ਼ੋ ਵੀ ਕਰ ਦੂੰਗਾ, ਜਿਹਨੂੰ ਕਹਿੰਦੇ ਆ TRC ਕਾਰਡ। ਉਸ ਕਾਰਡ ਨੂੰ ਬਣਨ ਵਿੱਚ ਸਾਈਪ੍ਰਸ ਵਿੱਚ ਲੱਗਦਾ ਵਾ ਟਾਈਮ 3 ਤੋਂ 4 ਮਹੀਨੇ, ਜੋ ਕਿ ਤੁਸੀਂ ਜੇ ਹੋਰ ਕਿਸੇ ਕੰਟਰੀ ਵਿੱਚ ਜਾਓਗੇ ਉਹ ਬਹੁਤ ਹੀ ਟਾਈਮ ਲੱਗ ਜਾਂਦਾ। ਫੋਰ ਐਗਜ਼ਾਮਪਲ ਜੇ ਆਪਾਂ ਇਟਲੀ ਦੀ ਹੀ ਗੱਲ ਕਰੀਏ ਨਾ, ਇਟਲੀ ਵਿੱਚ ਸਾਲ ਤੱਕ ਦੀਆਂ ਅਪੁਆਇੰਟਮੈਂਟਾਂ ਮਿਲਦੀਆਂ ਵਾ ਇਮੀਗ੍ਰੇਸ਼ਨ ਕਰਾਉਣ ਦੇ ਲਈ, ਕਿ ਮੰਨ ਲਓ ਹੁਣ ਆਪਾਂ ਇਮੀਗ੍ਰੇਸ਼ਨ ਦੀ ਅਪੁਆਇੰਟਮੈਂਟ ਚੱਕ ਲਈਏ ਤਾਂ ਆਪਾਂ ਨੂੰ ਸਾਲ ਬਾਅਦ ਹੀ ਮਿਲਣੀ, ਯਾਨੀ ਕਿ ਇੱਧਰ ਬਾਕੀ ਕੰਟਰੀਆਂ ਵਿੱਚ ਸਿਸਟਮ ਇਮੀਗ੍ਰੇਸ਼ਨ ਦਾ ਸਲੋਅ ਵਾ, ਜੋ ਕਿ ਸਾਈਪ੍ਰਸ ਵਿੱਚ ਬਹੁਤ ਹੀ ਫਾਸਟ ਆ। ਆਪਾਂ ਨੂੰ ਜਲਦੀ ਹੀ ਪਿੰਕ ਸਲਿੱਪ ਮਿਲ ਜਾਂਦੀ ਆ, ਜਿਹਦੇ ਕਰਕੇ ਆਪਾਂ ਨੂੰ ਕੰਮ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ, ਆਪਾਂ ਆਰਾਮ ਨਾਲ ਕੰਮ ਕਰ ਸਕਦੇ ਹਾਂ, ਆਪਣਾ ਸਾਰੇ ਡਾਕੂਮੈਂਟੇਸ਼ਨ ਯਾਨੀ ਕਿ ਪ੍ਰੋਪਰਲੀ ਈਜ਼ੀ ਵੇ ਨਾਲ ਆਪਾਂ ਕੰਪਲੀਟ ਕਰ ਸਕਦੇ ਹਾਂ। ਅਤੇ ਬਾਈ ਚਾਂਸ ਕਿਸੇ ਨੂੰ ਇੰਡੀਆ ਜਾਣਾ ਪੈ ਜਾਵੇ ਜਾਂ ਆਉਣਾ ਜਾਣਾ ਪੈ ਜਾਵੇ, ਉਹ ਫਿਰ ਜਾ ਸਕਦਾ, ਕਿਉਂਕਿ ਬਿਨਾਂ ਡਾਕੂਮੈਂਟ ਤੋਂ ਜਾਣਾ ਥੋੜ੍ਹਾ ਰਿਸਕੀ ਹੋ ਜਾਂਦਾ, ਕਿਉਂਕਿ ਬਹੁਤ ਆਪਾਂ ਨੂੰ ਬਹੁਤ ਚੀਜ਼ਾਂ ਯਾਨੀ ਕਲੀਅਰ ਕਰਨੀਆਂ ਪੈਂਦੀਆਂ, ਆਪਾਂ ਕਿਉਂ ਚੱਲੇ ਹਾਂ ਵਿਦ ਆਹ ਡਾਕੂਮੈਂਟ ਲਏ ਤੋਂ ਬਿਨਾਂ ਹੀ, ਕਿਉਂ ਚੱਲੇ ਹਾਂ, ਕੀ ਮਜਬੂਰੀ ਪੈ ਗਈ, ਕੀ ਐਮਰਜੈਂਸੀ ਪੈ ਗਈ। ਸੋ ਇੱਦਾਂ ਦੀਆਂ ਕਾਫੀ ਗੱਲਾਂ ਵਾ ਜਿਹੜੀਆਂ ਆਪਾਂ ਨੂੰ ਕਲੀਅਰ ਕਰਨੀਆਂ ਪੈਂਦੀਆਂ ਵਾ ਵਿਦਆਊਟ TRC ਕਾਰਡ, ਅਤੇ ਸਾਈਪ੍ਰਸ ਵਿੱਚ ਉਹ ਸਭ ਤੋਂ ਜਲਦੀ ਮਿਲ ਜਾਂਦਾ। ਜੇ ਆਪਾਂ ਗੱਲ ਕਰੀਏ ਇਟਲੀ ਦੀ, ਇਟਲੀ ਵਿੱਚ ਤੁਹਾਨੂੰ ਮੈਂ ਦੱਸ ਹੀ ਚੁੱਕਾਂ ਕਿ ਇੰਨਾ ਇੰਨਾ ਟਾਈਮ ਲੱਗ ਜਾਂਦਾ, ਇੱਧਰਲਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਨਾ ਉਹ ਥੋੜ੍ਹਾ ਜਿਹਾ ਸਲੋਅ ਚੱਲਦਾ ਵਾ, ਇਸ ਲਈ ਜਿਹੜਾ ਸਾਈਪ੍ਰਸ ਆ ਉਹਨੂੰ ਮੈਂ ਬੈਸਟ ਮੰਨਦਾ ਵਾਂ ਇਸ ਪੱਖੋਂ ਕਿ ਉੱਧਰ TRC ਕਾਰਡ ਜਲਦੀ ਮਿਲ ਜਾਂਦਾ ਵਾ। ਅਤੇ ਬਾਕੀ ਜੇ ਆਪਾਂ ਕੰਮਾਂ ਦੀ ਗੱਲ ਕਰੀਏ, ਮੈਂ ਆਲਰੇਡੀ ਵੀ ਦੱਸ ਚੁੱਕਾ, ਮੈਂ ਫਿਰ ਇੱਕ ਵਾਰ ਰਿਪੀਟ ਕਰ ਦੂੰਗਾ, ਜਿੱਦਾਂ ਜਿਹੜੇ ਕੰਮ ਹੈਗੇ ਆ ਸਾਈਪ੍ਰਸ ਵਿੱਚ ਉਹ ਜ਼ਿਆਦਾ ਜਿੱਦਾਂ ਗਾਰਡਨਾਂ ਦੇ ਹੋ ਗਏ, ਫਾਰਮਾਂ ਦੇ ਕੰਮ ਹੁੰਦੇ ਆ, ਗਾਵਾਂ ਦਾ ਫਾਰਮ, ਬੱਕਰੀਆਂ ਦਾ ਫਾਰਮ, ਭੇਡਾਂ ਦਾ ਫਾਰਮ, ਹੋਰ ਜਿੱਦਾਂ ਨਰਸਰੀਆਂ ਦੇ ਕੰਮ ਹੋ ਗਏ, ਇਹ ਕੰਮ ਉੱਧਰ ਜ਼ਿਆਦਾ ਹੈਗੇ ਜਿਹੜੇ ਵਰਕ ਪਰਮਿਟ ਵਾਲੇ। ਬਾਕੀ ਫੈਕਟਰੀਆਂ ਵਿੱਚ ਵੀ ਹੁੰਦਾ ਵਾ, ਜਿੱਦਾਂ ਚਿਕਨ ਦੀ ਪੈਕਿੰਗ
ਪੈਕਿੰਗ ਹੁੰਦੀ ਆ। ਪਨੀਰ ਫੈਕਟਰੀ ਹੈਗੀ ਆ ਲਿਮਾਸੋਲ ਵਿੱਚ, ਉਹ ਵੀ ਕਾਫੀ ਫੇਮਸ ਆ। ਉੱਥੇ ਵੀ ਆਪਣੇ ਇੰਡੀਅਨ ਅਤੇ ਹੋਰ ਵੀ ਯਾਨੀ ਇਹ ਕੰਟਰੀਆਂ ਦੇ ਲੋਕ ਕਾਫੀ ਕੰਮ ਕਰਦੇ ਆ। ਅਤੇ ਹੋਰ ਵੀ ਜਿੱਦਾਂ ਕੰਮ ਜਿਹੜੇ ਮੇਨ ਮੇਨ ਹੈ ਨਾ, ਜਿਹੜੇ ਫਾਰਮਾਂ ਦੇ ਆ ਜਾਂ ਫੈਕਟਰੀਆਂ ਦੇ, ਇਹ ਮੇਨ ਕੰਮ ਆ। ਬਾਕੀ ਹੋਟਲ ਲਾਈਨ ਦੇ ਵੀ ਕੰਮ ਹੈਗੇ, ਕੰਮ ਆਲਮੋਸਟ ਉੱਧਰ ਸਾਰੇ ਹੀ ਹੈਗੇ। ਪਰ ਮੇਨ ਮੇਨ ਜਿਹੜੇ ਵਰਕ ਪਰਮਿਟ ਮਿਲਦੇ ਹੈ ਨਾ, ਜਿਹੜਾ ਜਿਨ੍ਹਾਂ ਦਾ ਇਸ ਕੰਟਰੀ ਵਰਕ ਪਰਮਿਟ ਇਸ਼ੂ ਕਰਦੀ ਆ, ਉਹ ਜਿਹੜੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਇਹ ਆ। ਬਾਕੀ ਕੰਮ ਬੈਕਰੀਆਂ ਦੇ ਵੀ ਹੈਗੇ ਆ। ਅਤੇ ਇੱਕ ਹੋਰ ਮੇਨ ਗੱਲ ਇਹ ਆ ਕਿ ਜਿੱਦਾਂ ਹੁਣ ਮੰਨ ਲਓ ਆਪਾਂ ਇੰਡੀਆ ਤੋਂ ਕਿਸੇ ਵੀ ਕੰਟਰੀ ਜਾਂਦੇ ਹਾਂ, ਆਪਾਂ ਫਰੈਸ਼ਰ ਹੁੰਦੇ ਹਾਂ, ਆਪਣੇ ਕੋਈ ਵੀ ਐਕਸਪੀਰੀਅੰਸ ਨਹੀਂ ਹੁੰਦਾ। ਇਸ ਲਈ ਜਦੋਂ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਆਪਾਂ ਨੂੰ ਕੋਈ ਵੀ ਕੰਮ ਕਰਨਾ ਪੈ ਜਾਂਦਾ ਵਾ, ਪੈ ਜਾਂਦਾ ਕਿ ਕਰਨਾ ਹੀ ਪੈਣਾ ਵਾ, ਉਹ ਜੋ ਆਪਸ਼ਨ ਹੀ ਨਹੀਂ ਕੋਈ ਹੁੰਦੀ ਹੈ ਉਸ ਤੋਂ ਇਲਾਵਾ ਆਪਾਂ ਨੂੰ। ਅਤੇ ਉਹ ਜਦੋਂ ਆਪਸ਼ਨ ਨਹੀਂ ਹੁੰਦੀ ਫਿਰ ਆਪਾਂ ਨੂੰ ਜਿਹੜਾ ਕੰਮ ਮਿਲ ਜਾਏ ਆਪਾਂ ਨੂੰ ਕਰਨਾ ਪੈਂਦਾ। ਇਸ ਲਈ ਜਦੋਂ ਤੁਸੀਂ ਇੰਡੀਆ ਵਾ, ਜੇ ਤੁਸੀਂ ਹਜੇ ਕਿਸੇ ਵੀ ਕੰਟਰੀ ਵਿੱਚ ਮੂਵ ਹੋਣਾ ਵਾ, ਤਾਂ ਤੁਸੀਂ ਪਲੀਜ਼ ਕੋਈ ਨਾ ਕੋਈ ਕੰਮ ਜ਼ਰੂਰ ਸਿੱਖਣ ਲੱਗ ਪਓ। ਹੱਥ ਦਾ ਕੰਮ ਜਿਹੜਾ ਕਿ ਬਹੁਤ ਜ਼ਰੂਰੀ ਆ, ਬਾਹਰ ਆ ਕੇ ਕੰਮ ਆ ਜਾਂਦਾ, ਕਿਉਂਕਿ ਕਿਸੇ ਵੀ ਕੰਟਰੀ ਚਲ ਜਾਓ ਆਲਮੋਸਟ ਸਾਰੇ ਕੰਮ ਹੁੰਦੇ ਹੀ ਆ। ਜੇ ਇਟਲੀ ਦੀ ਵੀ ਗੱਲ ਕਰੀਏ ਹੈ ਨਾ, ਇਟਲੀ ਵਿੱਚ ਇੰਡੀਆ ਵਾਂਗੂ ਹੀ ਸਿਸਟਮ ਆ, ਜੋ ਜੋ ਕੰਮ ਇੰਡੀਆ ਵਿੱਚ ਹੈ ਨਾ ਉਹ ਸਾਰੇ ਹੀ A to Z ਇਟਲੀ ਵਿੱਚ ਵੀ ਹੈਗੇ ਆ। ਸਾਰੇ ਕੰਮ ਹੁੰਦੇ ਆ, ਖੇਤੀਬਾੜੀ ਤੋਂ ਲੈ ਕੇ ਵੱਡੇ ਵੱਡੇ ਇੰਜੀਨੀਅਰ ਦਾ ਕੰਮ ਯਾਨੀ ਕਿ ਇੱਥੇ ਹੈਗੇ ਆ ਇਟਲੀ ਵਿੱਚ। ਇੱਧਰਲਾ ਸਿਸਟਮ ਥੋੜ੍ਹਾ ਇੰਡੀਆ ਨਾਲ ਕਾਫੀ ਜ਼ਿਆਦਾ ਮਿਲਦਾ, ਕਲਚਰ ਵੀ ਸੇਮ ਆ ਅਤੇ ਬਾਕੀ ਰਹਿਣ ਸਹਿਣ ਵੀ ਸੇਮ ਆ। ਬਸ ਫਰਕ ਇੰਨਾ ਹੀ ਇੰਡੀਆ ਨਾਲੋਂ ਥੋੜ੍ਹੀ ਇਹ ਕੰਟਰੀ ਡਿਵੈਲਪ ਆ। ਇਟਲੀ ਦੀ ਜੇ ਗੱਲ ਕਰੀਏ, ਮੈਂ ਤਿੰਨ ਕੰਟਰੀਆਂ ਨੂੰ ਵਿੱਚ ਰੱਖਣ ਦਿਆ ਵਾਂ, ਸਾਈਪ੍ਰਸ, ਇਟਲੀ ਅਤੇ ਇੰਡੀਆ। ਮੈਂ ਤਿੰਨਾਂ ਨੂੰ ਕੰਪੇਅਰ ਕਰ ਰਿਹਾ ਤਾਂ ਕਿ ਤੁਹਾਨੂੰ ਸਮਝਣਾ ਥੋੜ੍ਹਾ ਈਜ਼ੀ ਹੋਵੇ। ਜਿੱਦਾਂ ਕਈਆਂ ਦੇ ਕੁਐਸਚਨ ਹੁੰਦੇ ਆ ਕਿ ਸਾਈਪ੍ਰਸ ਆਪ ਜਾ ਕੇ ਆਪਾਂ ਮੂਵ ਕਿੱਦਾਂ ਹੋ ਸਕਦੇ ਹਾਂ, ਮੂਵ ਕਿੰਨੇ ਟਾਈਮ 'ਚ ਹੋ ਸਕਦਾ, ਕੀ ਪ੍ਰੋਸੈਸ ਆ ਮੂਵ। ਸਭ ਤੋਂ ਵੱਡੀ ਗੱਲ, ਜਦੋਂ ਆਪਾਂ ਕਿਸੇ ਵੀ ਕੰਟਰੀ ਵਿੱਚ ਜਾਂਦੇ ਹਾਂ ਨਾ, ਆਪਣਾ 5-7 ਲੱਖ, 8 ਲੱਖ, 10 ਲੱਖ ਖਰਚਾ ਹੋ ਜਾਂਦਾ ਵਾ ਆਪਾਂ ਜਦੋਂ ਇੰਡੀਆ ਤੋਂ ਜਾਂਦੇ ਹਾਂ ਕਿਸੇ ਵੀ ਕੰਟਰੀ ਦਾ ਲੋਨ ਹੈ। ਸੋ ਬੈਟਰ ਇਹੀ ਆ ਆਪਾਂ ਪਹਿਲਾਂ ਹੀ ਸੋਚ ਸਮਝ ਕੇ ਉਸ ਕੰਟਰੀ ਜਾਈਏ ਜਿੱਥੋਂ ਆਪਾਂ ਨੂੰ ਮੂਵ ਹੋਣ ਦੀ ਜਲਦੀ ਲੋੜ ਨਾ ਪਵੇ। ਕਿਉਂਕਿ ਜਦੋਂ ਆਪਾਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਵਿੱਚ ਜਾਂਦੇ ਹਾਂ, ਫੋਰ ਐਗਜ਼ਾਮਪਲ ਆਪਾਂ ਇੰਡੀਆ ਤੋਂ ਜੇ ਸਾਈਪ੍ਰਸ ਹੀ ਜਾਂਦੇ ਹਾਂ, ਆਪਣਾ 5-7 ਲੱਖ ਲੱਗ ਗਿਆ, ਆਪਾਂ ਸਾਲ ਵਿੱਚ ਕਹਿਣ ਲੱਗ ਪਏ ਕਿ ਹਾਂ ਹੁਣ ਮੈਂ ਮੂਵ ਹੋਣ ਅੱਗੇ ਜਾਣਾ, ਉਹ ਫਿਰ ਥੋੜ੍ਹਾ ਜਿਹਾ ਡਿਫੀਕਲਟ ਹੋ ਜਾਂਦਾ, ਕਿਉਂਕਿ ਪਹਿਲਾਂ ਹੀ ਆਪਾਂ ਆਲਰੇਡੀ ਇੰਨਾ ਖਰਚਾ ਕਰਕੇ ਆਏ ਹੁੰਦੇ ਹਾਂ ਅਤੇ ਬਾਅਦ ਵਿੱਚ ਆਪਣੇ ਫਿਰ ਪੈਸੇ ਲੱਗ ਜਾਣੇ ਆ, ਉਹ ਫਿਰ ਆਪਾਂ ਖਰਚੇ ਕਲੀਅਰ ਕਰਦੇ ਰਹਿ ਜਾਂਦੇ ਹਾਂ। ਇਸ ਲਈ ਬੈਟਰ ਇਹੀ ਆ, ਜਦੋਂ ਆਪਾਂ ਕਿਸੇ ਇੱਕ ਕੰਟਰੀ ਵਿੱਚ ਜਾਂਦੇ ਹਾਂ ਤਾਂ ਉੱਥੇ ਜਾ ਕੇ ਆਪਾਂ ਪਹਿਲਾਂ ਆਪਣੇ ਖਰਚੇ, ਆਪਣੇ ਜੋ ਵੀ ਹੈ ਨਾ ਵੀ ਲੋਨ ਵਗੈਰਾ ਲਿਆ ਵਾ ਉਹ ਕਲੀਅਰ ਕਰੀਏ, ਆਪਣਾ ਉੱਧਰ ਯਾਨੀ ਕਿ ਪਹਿਲਾਂ ਸਟੈਂਡ ਬਣਾਈਏ ਕਿ ਉੱਧਰ ਆਪਾਂ ਸੈਟਲ ਹੋਈਏ। ਉੱਧਰ ਸੈਟਲ ਹੋ ਕੇ ਆਪਾਂ ਜੇ ਅੱਗੇ ਵਧਣਾ ਵੀ ਆ, ਮੂਵ ਹੋਣਾ ਵਾ ਤਾਂ ਹੋ ਸਕਦੇ, ਪਰ ਬੈਨੀਫਿਟ ਹਮੇਸ਼ਾ ਉੱਥੇ ਦਾ ਹੀ ਆ ਜਿੱਥੇ ਆਪਣੇ ਡਾਕੂਮੈਂਟ ਬਣਦੇ ਆ। ਜਿੱਦਾਂ ਮੰਨ ਲਓ ਆਪਾਂ ਸਾਈਪ੍ਰਸ ਗਏ, ਉੱਥੋਂ ਦੇ ਆਪਣੇ ਡਾਕੂਮੈਂਟ ਬਣ ਗਏ, ਉੱਥੋਂ ਦੇ ਆਪਾਂ ਰਾਜੇ ਹਾਂ ਜਿੱਥੇ ਆਪਣੇ ਡਾਕੂਮੈਂਟ ਬਣ ਗਏ। ਜੇ ਆਪਾਂ ਇਟਲੀ ਆ ਗਏ, ਇਟਲੀ ਦੇ ਡਾਕੂਮੈਂਟ ਬਣ ਗਏ, ਇੱਥੋਂ ਦੇ ਰਾਜੇ ਹਾਂ। ਜੇ ਆਪਾਂ ਇੱਥੋਂ ਇਟਲੀ ਤੋਂ, ਮੰਨ ਲਓ ਇਟਲੀ ਤੋਂ ਜਿੱਦਾਂ ਕਈ ਅਮੇਰੀਕਾ ਜਾਂਦੇ ਆ ਜਾਂ ਕਿਤੇ ਵੀ ਜਾਂਦੇ, ਕੈਨੇਡਾ ਜਾਂਦੇ ਆ, ਫਿਰ ਆਪਾਂ ਨੂੰ ਉੱਥੋਂ ਜਾ ਕੇ ਡਾਕੂਮੈਂਟ ਬਣਾਉਣੇ ਪੈਂਦੇ ਆ, ਉਹ ਫਿਰ 1-2 ਸਾਲ, 3 ਸਾਲ ਇੱਦਾਂ ਹੀ ਲੰਘ ਜਾਂਦੇ ਆ, ਉਹ ਫਿਰ ਟਾਈਮ ਵੇਸਟ ਵਾਲੀ ਗੱਲ ਆ। ਸੋ ਸਿੱਧਾ ਜੇ ਆਪਾਂ ਉਸੇ ਕੰਟਰੀ ਜਾਈਏ ਜਿੱਥੇ ਆਪਾਂ ਜਾਣਾ ਵਾ, ਉਹ ਸਭ ਤੋਂ ਬੈਨੀਫਿਸ਼ੀਅਲ ਆ, ਤਾਂ ਕਿ ਆਪਣਾ ਟਾਈਮ ਵੀ ਬਚੇ, ਆਪਣੇ ਪੈਸੇ ਵੀ ਬਚਣ, ਸਾਰਾ ਕੁਛ ਯਾਨੀ ਕਿ ਆਪਣਾ ਸੇਵ ਹੋ ਸਕੇ, ਜੋ ਕਿ ਬਹੁਤ ਜ਼ਰੂਰੀ ਆ। ਜੇ ਆਪਾਂ ਪਹਿਲਾਂ ਹੀ ਗਾਈਡੈਂਸ ਲੈ ਕੇ ਚੱਲੀਏ ਹੈ ਨਾ ਕਿਸੇ ਵੀ ਕੰਟਰੀ ਵੱਲ ਵਾਸਤੇ ਆਪਾਂ ਵੱਲ ਨੂੰ ਜਾਣਾ ਵਾ, ਆਪਾਂ ਥੋੜ੍ਹੀ ਗਾਈਡੈਂਸ ਲੈ ਕੇ ਚੱਲੀਏ। ਅੱਜ ਕੱਲ੍ਹ ਯੂਟਿਊਬ 'ਤੇ ਸਾਰਾ ਕੁਛ ਆਪਾਂ ਨੂੰ ਸਿਖਾਉਂਦੇ ਆ, ਦੱਸਦੇ ਆ ਵੀ ਇੱਦਾਂ ਦਾ ਰਹਿਣ ਸਹਿਣ ਆ, ਆਹ ਹਾਲਾਤ ਆ। ਅਤੇ ਆਪਾਂ ਥੋੜ੍ਹਾ ਜਿਹਾ ਰਿਸਰਚ ਕਰੀਏ, ਰਿਸਰਚ ਕਰਨ ਤੋਂ ਬਾਅਦ ਆਪਾਂ ਫਿਰ ਹੀ ਸਟੈਪ ਕੋਈ ਨਾ ਕੋਈ ਚੱਕੀਏ। ਕੋਈ ਵੀ ਆਪਾਂ ਕਿਸੇ ਵੀ ਯੂਟਿਊਬਰ ਨੂੰ ਕੁਛ ਵੀ ਪੁੱਛੀਏ, ਅਗਲਾ ਆਲਮੋਸਟ ਦੱਸ ਹੀ ਦਿੰਦਾ ਵਾ, ਗਾਈਡ ਕਰ ਹੀ ਦਿੰਦਾ ਵਾ ਕਿ ਹਾਂਜੀ ਤੁਹਾਨੂੰ ਇੱਥੇ ਜਾਣ ਦਾ ਫਾਇਦਾ ਵਾ, ਇੱਥੇ ਜਾਣ ਦਾ ਨਹੀਂ ਫਾਇਦਾ, ਸੋ ਤੁਸੀਂ ਇੱਥੇ ਜਾਓ, ਉੱਥੇ ਜਾਓ, ਅਗਲਾ ਦੱਸ ਦਿੰਦਾ ਵਾ। ਸੋ ਥੋੜ੍ਹੀ ਰਿਸਰਚ ਕਰਿਆ ਕਰੋ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਇਨ ਫਿਊਚਰ ਤੁਸੀਂ ਕੋਈ ਵੀ ਗਲਤ ਸਟੈਪ ਨਾ ਚੱਕ ਸਕੋ। ਅਤੇ
ਹੋਰ ਇੱਕ ਗੱਲ ਜਿਹੜੀ ਮੇਨ ਜ਼ਰੂਰੀ ਹੈ ਕਿ ਜਦੋਂ ਆਪਾਂ ਇੱਧਰ ਕੰਟਰੀ ਵਿੱਚ ਆ ਜਾਂਦੇ, ਕਿਸੇ ਵੀ ਕੰਟਰੀ ਵਿੱਚ ਬਾਹਰ ਆ ਜਾਂਦੇ ਹਾਂ, ਸਪੈਸ਼ਲੀ ਯੂਰਪ ਵਿੱਚ, ਯੂਰਪ ਵਿੱਚ ਹੈ ਨਾ, ਇੱਥੋਂ ਦੀਆਂ ਇਹਨਾਂ ਦੀਆਂ ਆਪਣੀਆਂ ਲੈਂਗੁਏਜ ਆ। ਫੋਰ ਐਗਜ਼ਾਮਪਲ ਇਟਾਲੀਅਨ, ਇਟਲੀ ਵਿੱਚ ਇਟਾਲੀਅਨ ਆ, ਗ੍ਰੀਸ ਵਿੱਚ ਗ੍ਰੀਕ ਆ, ਸਾਈਪ੍ਰਸ ਵਿੱਚ ਵੀ ਗ੍ਰੀਕ ਆ, ਸਪੇਨ ਵਿੱਚ ਸਪੈਨਿਸ਼ ਆ, ਇਹਨਾਂ ਦੀਆਂ ਸਾਰਿਆਂ ਦੀਆਂ ਆਪੋ ਆਪਣੀਆਂ ਲੈਂਗੁਏਜਸ ਆ। ਸੋ ਉਹ ਆਪਾਂ ਨੂੰ ਸਿੱਖਣੀਆਂ ਬਹੁਤ ਹੀ ਜ਼ਰੂਰੀ ਆ ਸਰਵਾਈਵ ਕਰਨ ਦੇ ਲਈ, ਈਵਨ ਡੇਲੀ ਰੂਟੀਨ ਵਿੱਚ ਆਪਣੇ ਲਈ ਬਹੁਤ ਹੀ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਆਪਾਂ ਇੱਧਰਲੀਆਂ ਕੰਟਰੀਆਂ ਵਿੱਚ ਆਏ ਨੇ, ਸੋ ਟਰਾਈ ਇਹ ਕਰਿਆ ਕਰੋ ਕਿ ਆਪਾਂ ਸਭ ਤੋਂ ਪਹਿਲਾਂ ਲੈਂਗੁਏਜ ਸਿੱਖੀਏ। ਜੇ ਆਪਾਂ ਨੂੰ ਲੈਂਗੁਏਜ ਆ ਗਈ, ਆਪਾਂ ਨੂੰ ਕੰਮ ਵੀ ਆਰਾਮ ਨਾਲ ਮਿਲ ਜਾਂਦਾ ਵਾ ਅਤੇ ਵਧੀਆ ਮਿਲ ਜਾਂਦਾ। ਜਦੋਂ ਆਪਾਂ ਲੈਂਗੁਏਜ ਨਹੀਂ ਸਿੱਖਦੇ, ਆਪਾਂ ਗੂੰਗਿਆਂ ਵਾਂਗੂ ਬਣ ਕੇ ਰਹਿੰਦੇ ਹਾਂ ਵੀ ਹਾਂ ਕੋਈ ਨਾ ਕੰਮ ਮਿਲਿਆ ਹੋਇਆ, ਛੋਟਾ ਮੋਟਾ ਕੰਮ ਮਿਲ ਗਿਆ, ਆਪਾਂ ਉੱਥੇ ਟਿਕੇ ਰਹਿੰਦੇ ਹਾਂ, ਲੈਂਗੁਏਜ ਫਿਰ ਨਹੀਂ ਸਿੱਖਦੇ, ਉਹ ਫਿਰ ਧੱਕਾ ਹੀ ਆ, ਯਾਨੀ ਕਿ ਧੱਕਾ ਹੀ ਹੁੰਦਾ ਵਾ, ਫਿਰ ਖੁਦ ਨਾਲ ਵੀ ਧੱਕਾ ਹੁੰਦਾ ਵਾ ਅਤੇ ਮਾਲਕਾਂ ਨੇ ਤਾਂ ਫਿਰ ਕਰਨਾ ਹੀ ਕਰਨਾ, ਉਹਨਾਂ ਨੇ ਤਾਂ ਫਿਰ ਜੋ ਵੀ ਕਹਿ ਰਹਿਣਾ, ਆਪਾਂ ਨੂੰ ਕਿਹੜਾ ਪਤਾ ਲੱਗਣਾ ਵਾ ਵੀ ਇਹ ਕਹਿ ਦਿੰਦੇ ਆ। ਸੋ ਮੇਨ ਗੱਲ ਇਹੀ ਆ ਕਿ ਲੈਂਗੁਏਜ ਸਿੱਖਿਆ ਕਰੋ ਜ਼ਰੂਰ ਜਦੋਂ ਆਪਾਂ ਬਾਹਰ ਆ ਜਾਂਦੇ ਹਾਂ, ਲੈਂਗੁਏਜ ਸਿੱਖਣੀ ਬਹੁਤ ਜ਼ਰੂਰੀ ਆ। ਸਾਨੂੰ ਥੱਲੇ ਸਿੱਟਣੇ ਨੂੰ ਇੱਕੀ ਵਾਰੀ ਜ਼ੋਰ ਲਾ ਲੈ ਛੱਤੀ ਬਲ ਕੱਢ ਤਾਰੀ ਕਹਿੰਦੇ ਹੁਣ।